ਦੇ ਵਿੱਚ ਮੈਂ ਡੈਸੀਮਲਸ ਬਾਰੇ ਗੱਲ ਕੀਤੀ ਸੀ ਉਸ ਦੇ ਆ ਟਾਈਪਸ ਲਾਈਕ ਐਂਡ ਅਨਲਾਈਕ ਡੈਸੀਮਲਸ ਬਾਰੇ ਵੀ ਦੱਸਿਆ ਸੀ ਤੇ ਫ੍ਰੈਕਸ਼ਨਸ ਤੋਂ ਡੈਸੀਮਲ ਤੇ ਡੈਸੀਮਲਸ ਤੋਂ ਫ੍ਰੈਕਸ਼ਨ ਨੂੰ ਕਨਵਰਟ ਕਰਨ ਬਾਰੇ ਦੱਸਿਆ ਸੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡੈਸੀਮਲਸ ਨੂੰ ਐਡ ਐਂਡ ਸਬਟ੍ਰੈਕਟ ਕਰਨ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਡੈਸੀਮਲਸ ਨੂੰ ਲਾਈਕ ਡੈਸੀਮਲ ਦੇ ਵਿੱਚ ਕਨਵਰਟ ਕਰ ਲਈਏ ਕਿਉਂਕਿ ਅਨਲਾਈਕ ਵਿੱਚ ਹਨ ਪੁਆਇੰਟ ਤੋਂ ਬਾਅਦ 2 ਡਿਜੀਟ ਹਨ ਇੱਥੇ ਪੁਆਇੰਟ ਤੋਂ ਬਾਅਦ 1 ਡਿਜੀਟ ਹੈ ਇੱਥੇ ਪੁਆਇੰਟ ਤੋਂ ਬਾਅਦ 3 ਡਿਜੀਟ ਹਨ ਸਭ ਤੋਂ ਬਾਅਦ ਡਿਜੀਟ 3 ਹਨ ਇਸ ਕਰਕੇ ਅਸੀਂ ਸਾਰਿਆਂ ਦੇ ਡਿਜੀਟ ਪਿਛਲੇ ਜਿਹੜੇ ਹਨ ਪੁਆਇੰਟ ਤੋਂ ਪਿਛਲੇ ਵਾਲੇ ਉਹ 3 ਕਰਨੇ ਹਨ ਇਸ ਵਾਸਤੇ ਅਸੀਂ ਇਹਨਾਂ ਦੇ ਅੱਗੇ ਇੱਕ ਇੱਕ ਜ਼ੀਰੋ ਲਗਾਵਾਂਗੇ ਇੱਥੇ ਦੋ ਜ਼ੀਰੋਜ਼ ਲਗਾਵਾਂਗੇ ਇਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਇਹ ਵੀ ਤਿੰਨ ਡਿਜੀਟ ਆ ਵੀ ਤਿੰਨ ਡਿਜੀਟ ਤੇ ਆ ਵੀ ਤਿੰਨ ਇਹ ਲਾਈਕ ਵਿੱਚ ਕਨਵਰਟ ਹੋ ਚੁੱਕੇ ਹਨ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਐਡ ਕਰਨਾ ਹੁੰਦਾ ਹੈ ਐਡ ਕਰਨ ਵਾਸਤੇ ਡਿਜੀਟ ਦੇ نیچے ਡਿਜੀਟ ਲਿਖਣਾ ਬਹੁਤ ਜ਼ਰੂਰੀ ਹੈ ਪੁਆਇੰਟ ਦੇ نیچے ਪੁਆਇੰਟ ਆਣਾ ਚਾਹੀਦਾ ਹੈ ਪਾਣ ਤੋਂ ਬਾਅਦ 7 ਹੈ ਉਸ ਤੋਂ ਬਾਅਦ 0 0 ਇਧਰ ਵਾਲੇ ਪਾਸੇ 6 ਤੇ 1 ਤੁਸੀਂ ਦੇਖ ਰਹੇ ਹੋ ਕਿ ਡਿਜੀਟ ਦੇ نیچے ਡਿਜੀਟ ਆ ਰਹੇ ਹਨ ਉਸ ਤੋਂ ਬਾਅਦ ਫਿਰ ਪੁਆਇੰਟ ਦੇ نیچے ਪੁਆਇੰਟ ਪੁਆਇੰਟ ਤੋਂ ਨਾਲ ਵਾਲਾ 7 ਹੈ ਫਿਰ 0 ਫਿਰ 8 ਇਸ ਤੋਂ ਬਾਅਦ ਲੈਫਟ ਸਾਈਡ ਵਾਲੇ ਇਹਨਾਂ ਨੂੰ ਅਸੀਂ ਐਡ ਕਰ ਸਕਦੇ ਹਾਂ ਇਨਾਂ ਨੂੰ ਐਡ ਕਰਕੇ ਸਾਡੇ ਕੋਲ 8 ਆਏਗਾ ਇਨਾਂ ਨੂੰ ਐਡ ਕਰਕੇ ਸਾਡੇ ਕੋਲ 6 ਆਏਗਾ ਇਨਾਂ ਨੂੰ ਐਡ ਕਰਕੇ ਸਾਡੇ ਕੋਲ 14 1 ਜਿਹੜਾ ਹੈ ਉਹ ਇਧਰ ਵਾਲੇ ਪਾਸੇ ਜਾ ਕੇ ਕੈਰੀ ਲੱਗ ਜਾਏਗਾ ਉਸ ਤੋਂ ਬਾਅਦ ਇਨਾਂ ਨੂੰ ਐਡ ਕਰਕੇ 16 ਫੇਰ 1 ਕੈਰੀ ਆਏਗਾ ਉਸ ਤੋਂ ਬਾਅਦ ਇਨਾਂ ਨੂੰ ਐਡ ਕਰਕੇ 9 ਇਹ ਤਾਂ ਅਸੀਂ ਐਡ ਵਾਲਾ ਆਓ ਹੁਣ ਸਬਟ੍ਰੈਕਟ ਵਾਲਾ ਕਰਦ ਕੇ ਦੇਖਦੇ ਹਾਂ ਸਬਟ੍ਰੈਕਟ ਵਾਸਤੇ ਅਸੀਂ 53.72 ਫਰੋਮ 97.20 ਵਿੱਚੋਂ ਮਾਈਨਸ ਕਰਨਾ ਹੈ ਇਸ ਕਰਕੇ ਅਸੀਂ 97.20 ਨੂੰ ਪਹਿਲਾਂ ਲਿਖਾਂਗੇ ਮਾਈਨਸ ਪਾ ਕੇ 53.72 ਨੂੰ ਬਾਅਦ ਵਿੱਚ ਲਿਖਾਂਗੇ ਇਹਨਾਂ ਨੂੰ ਅਸੀਂ ਮਾਈਨਸ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਲਿਖ ਦਿੱਤਾ ਇਹਦੇ ਵਿੱਚ ਇਹ ਪਹਿਲਾਂ ਤੁਸੀਂ ਲਾਈਕ ਡੈਸੀਮਲ ਦੇ ਵਿੱਚ ਕਨਵਰਟ ਸੀ ਇਸ ਕਰਕੇ ਅਸੀਂ ਡਾਇਰੈਕਟ ਇਹਨਾਂ ਨੂੰ ਮਾਈਨਸ ਕਰ ਸਕਦੇ ਸੀਗੇ ਥੈਂਕਸ ਫੋਰ ਵਾਚਿੰਗ